ਬਰਨਾਲਾ ਦੇ ਪਿੰਡ ਬਡਬਰ 'ਚ ਇੱਕ ਪ੍ਰਾਈਵੇਟ ਦੁੱਧ ਪ੍ਰੋਡਕਟ ਬਣਾਉਣ ਵਾਲੀ ਫੈਕਟਰੀ ਦੇ ਵਰਕਰਾਂ ਨੂੰ ਕੱਢੇ ਜਾਣ ਦੇ ਚੱਲਦਿਆਂ ਬਠਿੰਡਾ ਚੰਡੀਗੜ੍ਹ ਹਾਈਵੇ 'ਤੇ ਚੱਕਾ ਜਾਮ ਕੀਤਾ ਗਿਆ। ਇਸ ਧਰਨੇ 'ਚ ਕਿਸਾਨ ਜਥੇਬੰਦੀਆਂ ਵੱਲੋਂ ਚੱਕਾ ਜਾਮ ਭਾਰੀ ਗਿਣਤੀ 'ਚ ਕਿਸਾਨਾਂ ਨੂੰ ਸਮਰਥਨ ਦਿੱਤਾ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਹਾਲਾਤ 'ਤੇ ਕਾਬੂ ਪਾਉਣ ਲਈ ਭਾਰੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤਾ ਗਿਆ। ਇਹ ਜਿਹੜਾ ਰੋਡ ਜਾਮ ਕੀਤਾ ਚੰਡੀਗੜ੍ਹ ਵਾਲਾ ਹਾਈਵੇ ਜਾਮ ਕੀਤਾ ਜੀ, ਫੈਕਟਰੀ ਬੜਬਰ ਦੇ ਜਿਹੜੀ ਮਿਲਕ ਪਲਾਂਟ ਲੱਗਿਆ ਹੋਇਆ ਇੱਥੇ ਦੁੱਧ ਵਾਲੀ ਫੈਕਟਰੀ ਲੱਗੀ ਹੈ, ਉਹਦੇ ਉਹਨੇ ਕਾਮੇ ਕੱਢਤੇ 28। ਉਹ ਕੱਢੇ ਕਿਉਂ? ਉਹਨਾਂ ਨੇ DC ਰੇਟ ਲਾਗੂ ਕਰਾ ਲਿਆ। DC ਰੇਟ ਲਾਗੂ ਕਰਾ ਲਿਆ ਵੀ ਸਾਨੂੰ ਜਿਹੜੀ 4400 ਤਨਖਾਹ ਮਿਲਦੀ ਹੈ, ਜਿਹੜੀ ਸਾਨੂੰ 4500 ਤਨਖਾਹ ਦਿੰਦਾ ਫੈਕਟਰੀ ਮਾਲਕ ਮੈਨੇਜਮੈਂਟ, ਅਸੀਂ 9 ਸਾਲ ਤੋਂ ਕੰਮ ਕਰਦੇ ਹਾਂ ਇੱਥੇ। ਉਹਨਾਂ ਨੇ DC ਰੇਟ ਲਾਗੂ ਕਰਾਉਣ ਤੋਂ ਬਾਅਦ ਇੱਥੇ ਲਾਗੂ ਹੋ ਗਿਆ 8200 ਰੁਪਈਆ। ਇਸ ਕਰਕੇ ਉਹ ਕਾਮੇ ਕੱਢਤੇ, ਹੋਰ ਉਹਨਾਂ 'ਚ ਕੋਈ ਕਮੀ ਨਹੀਂ, ਕੰਮ ਵਧੀਆ ਕਰਦੇ ਆ। 9 ਸਾਲ ਤੋਂ ਵਿੱਚ 4 ਔਰਤਾਂ ਨੇ, ਜਿਹੜੀ ਸਰਕਾਰ ਕਹਿੰਦੀ ਆ ਵੀ ਘਰ ਘਰ ਨੌਕਰੀ ਦੇਣੀ ਹੈ, ਕੈਪਟਨ ਸਾਹਿਬ ਗੁਟਕਾ ਸਾਹਿਬ ਦੀ ਸਹੁੰ ਖਾਂਦਾ ਵੀ ਮੈਂ ਸਰਕਾਰੀ ਨੌਕਰੀਆਂ ਦੇਊਂਗਾ, ਬੇਰੁਜ਼ਗਾਰ ਨਹੀਂ ਹੋਊਗਾ। ਅੱਜ 28 ਕਾਮੇ ਕਲੰਕ ਲੱਗਿਆ ਕੈਪਟਨ ਦੀ ਸਰਕਾਰ 'ਤੇ, 1 ਮਹੀਨਾ 12 ਦਿਨ ਹੋ ਗਏ ਇਹਨਾਂ ਨੂੰ ਰੋਸ ਧਰਨਾ ਦਿੱਤਾ ਹੋਇਆ। ਅਸੀਂ ਇਹਨਾਂ ਦੀ ਹਮਾਇਤ 'ਤੇ ਆਏ ਹੋਏ ਹਾਂ, ਜਿਹਦੇ ਵਿੱਚ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਇਹਨਾਂ ਦੀ ਹਮਾਇਤ 'ਤੇ ਆਈਆਂ ਹੋਈਆਂ ਨੇ, ਅਸੀਂ ਇਹਨਾਂ ਦੀ ਹਮਾਇਤ ਕੀਤੀ ਹੈ। ਇਸ ਕਰਕੇ ਅਸੀਂ ਲਗਾਤਾਰ 4 ਮੀਟਿੰਗਾਂ ਹੋ ਗਈਆਂ ਪ੍ਰਸ਼ਾਸਨ ਨਾਲ, ਫੈਕਟਰੀ ਮਾਲਕ ਨਾਲ, DC ਦੀ ਹਾਜ਼ਰੀ 'ਚ, SDM ਦੀ ਹਾਜ਼ਰੀ 'ਚ, ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ 'ਚ ਇਹ ਮੰਨ ਕੇ ਆਏ ਨੇ ਵੀ ਅਸੀਂ 22 ਬੰਦੇ ਰੱਖ ਲੈਂਦੇ ਹਾਂ। ਅਸੀਂ ਅੱਜ ਇੱਥੇ ਕਿਸੇ ਸੌਂਕ ਨੂੰ ਨਹੀਂ ਬੈਠੇ, ਕਿਉਂਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ, ਇੱਕ ਪਾਸੇ ਘਰ ਘਰ ਨੌਕਰੀ ਕਹਿ ਰਹੀ ਹੈ ਅਤੇ ਇੱਕ ਪਾਸੇ 800 ਸਕੂਲ ਬੰਦ ਕਰਤਾ ਇਹਨਾਂ ਨੇ, ਥਰਮਲ ਪਲਾਂਟ ਬੰਦ ਕਰਿਆ ਬਠਿੰਡੇ ਵਾਲਾ, ਉੱਥੋਂ ਵੀ ਕਾਮੇ ਲੜਦੇ ਰਹੇ ਨੇ, ਇੱਥੇ ਵੀ ਦੇਖ ਲਓ ਫੈਕਟਰੀਆਂ ਦਾ ਕੀ ਹਾਲ ਹੈ, ਰੋਜ਼ ਕੱਢ ਰਹੇ ਨੇ ਹਰੇਕ ਫੈਕਟਰੀ 'ਚੋਂ, ਕਿਉਂਕਿ ਇਹਨਾਂ ਨੇ ਡੇਲੀ ਵੇਜ ਆ ਜਿਹੜੀ ਆਪਣੀ 8451 ਰੁਪਈਆ ਮਿਨੀਮਮ ਵੇਜ, ਜਿਹੜੀ ਘੱਟ ਤੋਂ ਘੱਟ ਤਨਖਾਹ ਹੁੰਦੀ ਹੈ ਉਹ ਕਰਾਈ ਹੈ, ਇਹਨਾਂ ਦਾ ਇਹੀ ਕਸੂਰ ਹੈ। ਕਿਉਂਕਿ ਇਹ ਕਹਿੰਦੇ ਵੀ ਅਸੀਂ ਰੱਖਣੇ ਨੇ, ਜਿਹੜੇ 8 ਨੇ ਆਗੂ ਨੇ ਇਹਨਾਂ ਦੇ, ਜਿਹੜੇ ਲੇਬਰ ਕੋਰਟ 'ਚ ਲੜੇ ਨੇ, ਸਾਰੇ ਕੰਮ ਜਿਹੜੇ ਅੰਦਰ ਕੰਮ ਵੀ ਕਰ ਰਹੇ ਨੇ, ਸਾਰਿਆਂ ਦੀ ਮਿਨੀ ਵੇਜ DC ਰੇਟ 8451 ਨੇ ਲਾਗੂ ਕਰਾਇਆ, ਇਸ ਲਈ ਇਹ ਲੜ ਰਹੇ ਨੇ। ਸਰਕਾਰ ਇਹਨਾਂ ਦੀ ਸੁਣ ਨਹੀਂ ਰਹੀ, ਕਿਉਂਕਿ ਇਕੱਲਾ ਫੈਕਟਰੀ ਵਾਲੇ ਇਹਦੇ ਪਿੱਛੇ, ਹੋਰ ਵੀ ਵੱਡੀਆਂ ਵੱਡੀਆਂ ਬੜੇ ਬੜੇ ਸਰਮਾਏਦਾਰ, ਵੱਡੀਆਂ ਵੱਡੀਆਂ ਸਰਕਾਰਾਂ ਸਾਰੀਆਂ ਇਹਦੇ ਪਿੱਛੇ ਨੇ, ਇਸ ਲਈ ਇਹ ਗੱਲ ਕਰਨ ਨੂੰ ਤਿਆਰ ਨਹੀਂ। ਅਸੀਂ ਜਿੰਨਾ ਵੀ ਹੋ ਸਕੇ, ਅੱਜ ਅਸੀਂ ਘਿਰਾਓ ਕਰਿਆ ਇਦੋਂ ਹੀ ਵੱਡਾ ਜ਼ਿਲ੍ਹੇ ਦਾ, ਦੋਨੇ ਜ਼ਿਲ੍ਹਿਆਂ ਦਾ ਨਾਲ ਹੀ ਸੰਗਰੂਰ ਨੂੰ ਲੈ ਕੇ ਦੋਨੇ ਜ਼ਿਲ੍ਹਿਆਂ ਦਾ ਇਕੱਠ ਕਰਕੇ ਹੋਰ ਵੀ ਵੱਡਾ ਐਕਸ਼ਨ ਕਰਾਂਗੇ। ਇਸ ਲਈ ਅਸੀਂ ਅਗਰਾਹਾਂ ਵੱਲੋਂ ਸਾਰੇ ਜਿਹੜੀ ਕਿਸਾਨ ਯੂਨੀਅਨ ਹੈ ਇਹਨਾਂ ਦੇ ਨਾਲ ਹਾਂ, ਅਸੀਂ ਘੋਲ 'ਚ ਇਹਨਾਂ ਦੀ ਹਮਾਇਤ ਕੀਤੀ ਹੈ। ਜੋ ਵੀ ਪ੍ਰੋਗਰਾਮ ਉਲੀਕਣਗੇ ਉਹ 'ਤੇ ਅਸੀਂ ਫੁੱਲ ਚੜ੍ਹਾਵਾਂਗੇ, ਉਹ 'ਤੇ ਡਟ ਕੇ ਪਹਿਰਾ ਦੇਵਾਂਗੇ। ਕਿਸੇ ਨੇ ਸਾਡੀ ਗੱਲ ਹਾਲੇ ਤੱਕ ਸੁਣੀ ਨਹੀਂ, ਕਿਉਂਕਿ ਪਹਿਲਾਂ DC ਨੇ 2-3 ਮੀਟਿੰਗਾਂ ਕਰੀਆਂ ਨੇ ਸਾਡੇ ਨਾਲ, SDM ਦੇ ਵੀ 2 ਮੀਟਿੰਗਾਂ ਹੋਈਆਂ ਨੇ, ਪਰ ਉਹਨਾਂ ਨੇ ਕੋਈ ਰਾਹ ਨਹੀਂ ਦਿੱਤਾ। ਅਸੀਂ ਜੀ 9-10 ਸਾਲਾਂ ਤੋਂ ਕੰਮ ਕਰਦੇ ਸੀ, ਇਹਨਾਂ ਨੇ ਇੱਕਦਮ ਸਾਨੂੰ ਬਿਨਾਂ ਨੋਟਿਸ ਦਿੱਤਿਆਂ ਕੱਢਤਾ, ਸਾਡੀ ਕੋਈ ਗਲਤੀ ਨਹੀਂ ਹੈਗੀ, ਇਸ ਕਰਕੇ ਅਸੀਂ ਇਨਸਾਫ਼ ਦੀ ਮੰਗ ਕਰਦੇ, ਸੜਕਾਂ 'ਤੇ ਬੈਠੇ ਹਾਂ। ਅਸੀਂ ਜੀ ਅੰਦਰ ਪੈਕਿੰਗ ਦਾ ਕੰਮ ਕਰਦੇ ਸੀ। ਕੌਣ ਕੌਣ ਪਰਿਵਾਰ 'ਚ, ਜਿੰਨਾ ਤੁਹਾਡੇ ਘਰ ਦਾ ਚੁੱਲ੍ਹਾ ਚੱਲਦਾ ਸੀ, ਕਿੰਨਾ ਟਾਈਮ ਕੰਮ ਲੱਗਾ? ਅਸੀਂ ਜੀ ਦੋਨੇ ਜਣੇ ਸੀ, ਆਪ 'ਚ ਇੱਥੇ ਹੀ ਕੰਮ ਕਰਦੇ ਸੀ। ਪਹਿਲਾਂ ਮੇਰੇ ਘਰ ਵਾਲੇ ਨੂੰ ਪੜ੍ਹਤਾ, ਮੈਂ ਤਾਂ ਵੀ ਨਹੀਂ ਬੋਲੀ, ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੱਢਿਆ। ਮੈਂ 9 ਸਾਲ ਤੋਂ ਇੱਥੇ ਕੰਮ ਕਰ ਰਹੀ ਹਾਂ, ਇਸ ਟਾਈਮ ਤੁਸੀਂ ਦੱਸੋ ਵੀ ਮੈਂ ਜਾਵਾਂ ਕਿੱਥੇ, ਕਿੱਧਰ ਕੰਮ ਕਰਾਂ? ਬੱਚੇ ਮੇਰੇ ਘਰ ਬੈਠੇ ਨੇ, ਐਡਮਿਸ਼ਨ ਕਰਾਉਣ 'ਤੇ ਬੈਠੇ ਨੇ, ਕੋਈ ਸਾਡਾ ਇਨਸਾਫ਼ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ। ਜਿੱਥੇ ਨਾ ਜੀ ਕੋਈ ਕਿਸੇ ਨੇ ਕੁਛ ਨਹੀਂ ਸੁਣੀ ਸਾਡੀ, ਅੱਜ ਸਾਨੂੰ 42 ਦਿਨ ਹੋ ਗਏ ਇੱਥੇ ਬੈਠੇ ਸੜਕਾਂ 'ਤੇ। ਅਸੀਂ ਇਹੀ ਕਰਦੇ ਹਾਂ, ਸਾਨੂੰ ਕੰਮ 'ਤੇ ਦੁਬਾਰਾ ਲਿਆ ਜਾਏ, ਸਾਡਾ ਪਿਛਲਾ ਏਰੀਆ ਦਿੱਤਾ ਜਾਏ, ਤਾਂ ਕਿ ਸਾਡਾ ਘਰ ਦਾ ਗੁਜ਼ਾਰਾ ਹੋ ਸਕੇ। ਕਿਹੜੀ ਫੈਕਟਰੀ 'ਚ ਕੰਮ? ਪਿਛਲੇ 2 ਸਾਲ ਤੋਂ ਨੇਜਾ ਫੂਡ 'ਚ ਕੰਮ ਕਰਦਾ ਸੀ। ਇਹਨਾਂ ਨੇ ਸਾਨੂੰ ਮੈਂ ਇਹਨਾਂ ਦਾ ਮਿਨੀ ਵੇਜ ਮੰਗਿਆ ਸੀ DC ਰੇਟ ਵੀ ਲਾਗੂ ਕੀਤਾ ਜਾਵੇ।
ਮੈਂ ਕੰਪਲੇਂਟ ਕਰਤੀ, ਉਦੋਂ ਬਾਅਦ ਉਹ ਲਾਗੂ ਹੋ ਗਿਆ ਜੀ, ਮੇਰੇ ਨਾਲ ਬੰਦੇ ਲੱਗ ਗਏ 27-28, ਉਹਨਾਂ ਨੂੰ ਇਹਨਾਂ ਨੇ ਕੱਢਤਾ ਉਹ। ਕਿੰਨੇ ਇਹਨਾਂ ਨੂੰ ਕੱਢੇ? 27 ਜਣਿਆਂ ਨੂੰ। ਕੀ ਕਹਿ ਕੇ ਕੱਢੇ? ਬਿਨਾਂ ਨੋਟਸ ਤੋਂ, ਬਸ ਵੀ ਕੰਮ ਮੁੱਕ ਗਿਆ ਸਾਡੇ ਲਵੇ। ਕੀ ਮੰਗ ਕਰਦੇ? ਮੰਗ ਮਿਨੀਅਮ ਰੇਟ ਦੀ ਏਰੀਆ ਦੀ। ਹਾਂਜੀ, ਪਿਛਲੇ ਏਰੀਆ ਦਿੱਤਾ ਜਾਵੇ ਜੀ, ਏਰੀਆ ਜੀ, ਏਰੀਆ ਦੋ ਸਾਲ ਦੀ ਡਿਊਟੀ ਦਿੱਤੀ ਜਾਵੇ। ਫੈਕਟਰੀ ਦਾ ਨਾਮ ਅਨੇਜਾ ਫੂਡਸ ਪ੍ਰਾਈਵੇਟ ਲਿਮਿਟਡ ਹੈ, ਠੀਕ ਹੈ। ਅਤੇ ਕਿਉਂਕਿ ਦੁੱਧ ਸਾਡਾ ਬਿਲਕੁਲ ਇਸ ਟਾਈਮ ਘੱਟ ਗਿਆ ਸੀ, 15-20 ਲੀਟਰ ਦੁੱਧ ਰਹਿ ਗਿਆ ਸੀਗਾ, ਇਸ ਵਾਸਤੇ ਇੱਕ ਸ਼ਿਫਟ ਬੰਦ ਕੀਤੇ ਸੀ। ਉਹਦੇ ਵਰਕਰ ਅਸੀਂ ਬਾਹਰ ਕੱਢਿਆ ਸੀਗੇ, ਉਹ 27 ਬੰਦੇ ਸੀਗੇ, ਅਤੇ 14 ਬੰਦੇ ਉਹਨਾਂ ਦੀ ਫਿਊਰ ਜਾ ਕੇ ਆਪ ਬਹਿ ਗਏ, ਅਸੀਂ ਕੱਢੇ ਨਹੀਂ ਸੀ ਉਹ। ਅਤੇ ਉਹ ਟੋਟਲ ਬੰਦੇ 40 ਹੋ ਗਏ ਸੀ ਇਹਨਾਂ ਕੋਲ, 40 'ਚੋਂ ਅਸੀਂ 14 ਪਹਿਲਾਂ ਅਪੁਆਇੰਟ ਕਰ ਚੁੱਕੇ ਹਾਂ, ਵਾਪਸ ਲੈ ਚੁੱਕੇ ਹਾਂ। ਬਾਕੀ ਦੀ DC ਸਾਹਿਬ ਕੋਲ ਜਾ ਕੇ ਤਾਂ ਫੈਸਲਾ ਹੋਇਆ ਸੀਗਾ ਵੀ ਅਸੀਂ 8 ਬੰਦੇ ਛੱਡ ਗਏ, ਬਾਕੀ ਕੁਛ ਬੰਦੇ ਅਸੀਂ ਅਗਸਤ 'ਚ ਲਾਂਗੇ, 10-11 ਬੰਦੇ ਪਹਿਲਾਂ ਸਤੰਬਰ ਤੱਕ ਅਸੀਂ ਅਡਜਸਟ ਕਰ ਲਾਂਗੇ ਸਾਰੇ। ਤਨਖਾਹ ਉਹਨੇ ਜਿੰਨੀ ਜਦ ਤੱਕ ਉਹਨੇ ਜੋਬ ਕੀਤੀ ਸਭ ਦੀ ਉਹਦੇ ਬੈਂਕ 'ਚ ਤਨਖਾਹ ਪੈ ਚੁੱਕੀ, ਉਹਦਾ ਕੋਈ ਡਿਊ ਨਹੀਂ ਹੈਗਾ ਨਾ। ਸਰ ਅਸੀਂ ਨਾ DC ਸਾਹਿਬ ਕੋਲ ਅਸੀਂ ਇਹਨਾਂ ਨੇ DC ਸਾਹਿਬ ਨੇ ਬੁਲਾਇਆ ਸੀ ਵੀ ਅਸੀਂ ਫੈਸਲਾ ਕਰਾ ਦਿੰਦੇ ਹਾਂ, ਉਹਨਾਂ ਨੇ SDM ਸਾਹਿਬ ਡਿਊਟੀ ਲਈ, SDM ਦੇ ਸਾਹਮਣੇ ਇਹ ਜਿੰਨੇ ਵੀ ਗਏ ਆ DC ਦੋਨੀ ਬੈਠੇ ਸੀ, ਮੀਟਿੰਗ ਸੀਗੀ ਉਹਦੇ 'ਚ ਉਹਨਾਂ ਨੇ ਇਹ ਮੰਨ ਕੇ ਆਏ ਹਾਂ। ਕਿਸਾਨ ਯੂਨੀਅਨ ਵੀ ਸੀਗੀ, ਇੰਟੈਕ ਵਾਲੇ ਬੰਦੇ ਵੀ ਸੀਗੇ, ਇਹ ਲੇਬਰ ਦੇ ਬੰਦੇ ਵੀ ਸੀਗੇ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ 8 ਬੰਦੇ ਛੱਡ ਗਏ, ਕੁਛ ਬੰਦੇ ਅਸੀਂ 10-12 ਗਸੇ ਰੱਖ ਲਓ, ਬਾਕੀ ਸਤੰਬਰ ਐਂਡ 'ਚ ਰੱਖ ਲਓ। ਅਸੀਂ ਅਸੈਪਟ ਕੀਤਾ ਜੀ, ਅਸੀਂ 8 ਗਏ ਸੀ, ਉਹ 10 ਕਹਿਣ ਲੱਗੇ, ਅਸੀਂ 10 ਬਣ ਗਏ। ਇੱਥੇ ਦੇਸੀ ਘਿਓ ਮਿਲਕ ਪਾਊਡਰ ਵਾਲਾ ਬੰਦਾ ਜੀ, ਮਿਲਕ ਪ੍ਰੋਡਕਟ ਹੈ ਸਰ। ਲੇਬਰ ਤਾਂ 200, ਮਤਲਬ ਟੋਟਲ ਬੰਦਾ ਇੰਪਲਾਈ 200 ਦੇ ਕਰੀਬ ਹੈਗਾ, ਇਹ 'ਚੋਂ ਮਤਲਬ 70-80 ਬੰਦੇ ਲੇਬਰ ਦੇ ਆ, ਜਿਹਨਾਂ 'ਚੋਂ 40 ਬੰਦੇ ਚਲੇ ਗਏ, 35-40 ਬੰਦੇ ਹੋਰ ਹੈਗੇ ਅੰਦਰ। ਪ੍ਰਸ਼ਾਸਨ ਨਾਲ ਗੱਲ ਪੂਰੀ ਚੱਲ ਰਹੀ ਹੈ, DC ਸਾਹਿਬ ਨਾਲ ਗੱਲ ਚੱਲ ਗਈ, SSP ਨੂੰ ਵੀ ਅਸੀਂ ਮਿਲੇ ਹਾਂ, DSP ਨੂੰ ਵੀ ਮਿਲੇ ਹਾਂ, ਸਾਰਿਆਂ ਨਾਲ ਗੱਲ ਚੱਲ ਰਹੀ ਹੈ ਇਹਨਾਂ ਬਾਰੇ ਵੀ ਇਹਦੇ ਉਹਨਾਂ ਕੋਲ ਸਾਈਨ ਕਰਾਓ ਅਤੇ ਫੈਸਲਾ ਲਾਗੂ ਕਰਾਓ, ਅਸੀਂ ਦੱਬ ਚਾਹੁੰਦੇ ਹਾਂ ਜੀ। ਅਤੇ ਇਹਨਾਂ ਨੇ ਲੇਬਰ ਕੋਰਟ 'ਚ ਵੀ ਕੇਸ ਪਾਇਆ ਹੈਗਾ, ਠੀਕ ਹੈ। ਅਸੀਂ ਉਹ ਵੀ ਕਿਹਾ ਵੀ ਜੋ ਲੇਬਰ ਕੋਰਟ ਦਾ ਕੇਸ ਹੋਏਗਾ ਸਾਨੂੰ ਮਾਨੇ ਨਹੀਂ ਹੋਏਗਾ।